ਰੜੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਨਾਲ ਸੰਬੰਧਿਤ ਤਾਜ਼ਾ ਅੰਕੜੇ ਬੇਹੱਦ ਉਦਾਸ ਕਰਨ ਵਾਲੇ ਹਨ। ਡੰਡੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਡੰਡੀ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਅਜਿਹਾ ਕੁਝ ਹੁੰਦਾ ਸੀ। ਅਕਾਲ ਪੈਂਦੇ ਸਨ, ਲੱਖਾਂ ਹੀ ਲੋਕ ਭੁੱਖ ਨਾਲ ਮਰ ਜਾਂਦੇ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਹਰ ਖੇਤਰ ਦੇ ਲੋਕਾਂ ਵਿੱਚ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਰਿਹਾ। ਡੰਡੀ ਇਸ ਦੇ ਅਨੇਕਾਂ ਕਾਰਨ ਵੀ ਸਾਹਮਣੇ ਆਉਂਦੇ ਰਹੇ, ਪਰ ਕਿਸਾਨ ਅਤੇ ਮਜ਼ਦੂਰ ਵਰਗ ਵੱਲੋਂ ਖੁਦਕੁਸ਼ੀਆਂ ਇਸ ਲਈ ਵੀ ਵਧੇਰੇ ਚੁਭਦੀਆਂ ਹਨ ਕਿਉਂਕਿ ਕਿਸਾਨ ਨੂੰ ਅੰਨਦਾਤਾ ਮੰਨਿਆ ਅਤੇ ਸਮਝਿਆ ਜਾਂਦਾ ਹੈ। ਡੰਡੀ ਉਸ ਵੱਲੋਂ ਖੁਦਕੁਸ਼ੀਆਂ ਕਰਨਾ ਲਗਾਤਾਰ ਵੱਡੇ ਦੁਖਾਂਤ ਨੂੰ ਜਨਮ ਦਿੰਦਾ ਰਿਹਾ ਹੈ। ਡੰਡੀ ਤਤਕਾਲੀ ਸਰਕਾਰਾਂ ਨੇ ਖੇਤੀ ਖੇਤਰ ਨੂੰ ਲਾਭਕਾਰੀ ਬਣਾਉਣ ਸੰਬੰਧੀ ਲਗਾਤਾਰ ਵਾਅਦੇ ਅਤੇ ਦਾਅਵੇ ਕੀਤੇ। ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇਸ਼ ਅੰਨ ਦੇ ਖੇਤਰ ਵਿੱਚ ਵੱਡੀ ਹੱਦ ਤੱਕ ਆਤਮ ਨਿਰਭਰ ਵੀ ਬਣ ਚੁੱਕਾ ਹੈ, ਪਰ ਕਿਸਾਨੀ ਅੱਜ ਵੀ ਅਨੇਕਾਂ ਤਰ੍ਹਾਂ ਦੇ ਸੰਕਟਾਂ ਨਾਲ ਜੂਝ ਰਹੀ ਹੈ। ਡੰਡੀ ਪਿਛਲੇ ਦਿਨੀ ਵਿਗਿਆਨ ਅਤੇ ਵਾਤਾਵਰਨ ਕੇਂਦਰ ਵੱਲੋਂ ਪ੍ਰਕਾਸ਼ਿਤ ਕਿਸਾਨ ਖੁਦਕੁਸ਼ੀਆਂ ਸੰਬੰਧੀ 2021 ਦਾ ਵਿਸਥਾਰ ਦੁੱਖ ਪਹੁੰਚਾਉਣ ਵਾਲਾ ਹੈ। ਡੰਡੀ ਇਸ ਵਿੱਚ ਦੱਸਿਆ ਗਿਆ ਹੈ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਗਿਣਤੀ 2021 ਤੋਂ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਹੈ। ਡੰਡੀ ਮੋਟੇ ਤੌਰ ਉੱਤੇ ਅਜਿਹੇ ਰੜੀ ਹਾਲਾਤ ਦੇ ਪੈਦਾ ਹੋਣ ਦੇ 3 ਕਾਰਨ ਬਿਆਨੇ ਗਏ ਹਨ। ਫਸਲਾਂ ਦਾ ਖਰਾਬਾ, ਪਾਣੀ ਦੀ ਘਾਟ ਅਤੇ ਨਦੀਨਾਂ ਅਤੇ ਫਸਲੀ ਬਿਮਾਰੀਆਂ ਦਾ ਹੋਣਾ। ਡੰਡੀ ਖੇਤੀ ਜਿਹੜੀ ਕਿ ਅੱਜ ਵੀ 60% ਤੋਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ ਵੱਲ ਬੇਹੱਦ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਡੰਡੀ ਅੰਕੜਿਆਂ ਮੁਤਾਬਕ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਵੀ ਵਧੇਰੇ ਖੁਦਕੁਸ਼ੀਆਂ ਕਰਦੇ ਹਨ। ਡੰਡੀ ਇਸ ਦੇ ਕਾਰਨਾਂ ਵਿੱਚ ਕਰਜ਼ੇ ਅਤੇ ਹਾਲਾਤ ਤੋਂ ਮਜਬੂਰ ਹੋ ਕੇ ਜ਼ਮੀਨ ਵੇਚਣੀ ਆਦਿ ਵੀ ਸ਼ਾਮਿਲ ਹਨ। ਡੰਡੀ ਪਰ ਚਿੰਤਾ ਇਸ ਗੱਲ ਦੀ ਹੈ ਕਿ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਡੰਡੀ ਦੇਸ਼ ਭਰ ਦਾ ਛੋਟਾ ਅਤੇ ਵਧੇਰੇ ਛੋਟਾ ਕਿਸਾਨ ਇਸ ਦੀ ਗ੍ਰਿਫਤ ਵਿੱਚ ਆਇਆ ਹੋਇਆ ਹੈ। ਡੰਡੀ ਅੰਕੜਿਆਂ ਮੁਤਾਬਕ ਮਹਾਰਾਸ਼ਟਰ, ਕਰਨਾਟਕ ਅਤੇ ਆਸਾਮ ਵਿੱਚ ਅਜਿਹੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ। ਡੰਡੀ ਪੰਜਾਬ ਵਿੱਚ ਵੀ 2021 ਦੇ ਸਾਲ ਵਿੱਚ 270 ਅਜਿਹੀਆਂ ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਹਨ। ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਂਦਿਆਂ ਹੀ ਇਹ ਦਾਅਵਾ ਕੀਤਾ ਸੀ ਕਿ ਆਉਂਦੇ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਏਗੀ, ਪਰ ਇਸੇ ਸਾਲ ਮਾਰਚ ਦੇ ਮਹੀਨੇ ਵਿੱਚ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਨੇ ਇਹ ਲਿਖਿਆ ਹੈ ਕਿ ਸਰਕਾਰ 2022
ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਤੋਂ ਕਿਤੇ ਪਿੱਛੇ ਰਹਿ ਗਈ ਹੈ ਡੰਡੀ। ਇਸ ਵਿੱਚ ਕਿਸਾਨਾਂ ਨੂੰ ਉਹਨਾਂ